ਤੁਸੀਂ ਸਾਰੇ ਹੁਮ ਮਾ ਕੇ ਆਏ ਹੋ ਔਰ ਅਸੀਂ ਇਹ ਲੋਕਾਂ ਨੂੰ ਮੈਸੇਜ ਦੇਵਾਂਗੇ ਔਰ ਨਸ਼ਿਆਂ ਦੇ ਸਲੋਗਨ ਵੀ ਅਸੀਂ ਲਿਖੇ ਹੋਏ ਨੇ ਤੇ ਰਾਜ ਕੋਈ ਮਿਲ ਗਿਆ ਤਾਂ ਉਹਨਾਂ ਨੂੰ ਵੀ ਅਸੀਂ ਜਾਗਰੂਕ ਕਰਾਂਗੇ। ਬੇਸਿਕਲੀ ਨਸ਼ੇ ਜਿਹੜੇ ਆ ਰਹੇ ਹੁਣ ਜਿਹੜੀ ਐਕਚੁਅਲੀ ਡਰੱਗ ਜਿਹੜੀ ਖਾਸ ਕਰਕੇ ਹੀਰਨ ਸਮੈਕ ਡੋਡੇ ਚੂੜਾ ਪੋਸਟ ਵਗੈਰਾ ਇਹ ਜਿਹੜੇ ਹੈਗੇ ਨੇ ਇਹਨਾਂ ਦਾ ਸੇਵਨ ਕਰਨਾ ਬਹੁਤ ਹੀ ਮਾੜਾ। ਇਹ ਕਾਫੀ ਸਾਡੇ ਆਦਤ ਪੈ ਚੁੱਕੀ ਹੈ ਮੁੰਡਿਆਂ ਨੂੰ ਕਾਰਨ ਕਈ ਨੇ ਉਹ ਕਈ ਸ਼ੌਂਕ ਵਜੋਂ ਖਾਣ ਲੱਗ ਪੈਂਦੇ ਆ ਮੁੜ ਕੇ ਇੱਕ ਵਾਰੀ ਆਦੀ ਹੋ ਜਾਂਦੇ ਮੁੜ ਕੇ ਉਹਨਾਂ ਕੋਲ ਛੱਡਿਆ ਨਹੀਂ ਜਾਂਦਾ ਕਈ ਫ੍ਰੀ ਖਵਾਉਣ ਲੱਗ ਪੈਂਦੇ ਆ। ਅਤੇ ਨਾਲ ਮੈਂ ਵੀ ਦੱਸਣਾ ਚਾਹੁੰਦਾ ਸਾਡੇ ਜਿਹੜਾ ਅੱਗੇ ਨੂੰ ਸੁਧਾਰ ਵੀ ਬਹੁਤ ਹੋਇਆ ਜ਼ਿਲ੍ਹੇ ਦੇ ਵਿੱਚ ਹੀ ਸਾਡੇ ਜਿਹੜੇ ਰੂਰਲ ਜ਼ਿਲ੍ਹੇ ਵਿੱਚ ਹੀ 32 ਕਿੱਲੇ ਹੀਰਨ ਪਿਛਲੇ 11 ਮਹੀਨੇ 'ਚ ਜਦੋਂ ਸਾਡੇ SSP ਸਾਹਿਬ ਲੱਗੇ ਨੇ ਸਰਦਾਰ ਨਵਜੋਤ ਸਿੰਘ ਮਾਹਲ ਫੜੀ ਜਾ ਚੁੱਕੀ ਹੈ। ਉੱਥੇ ਲਾਲੋ ਸਾਹਿਬ 32 ਕਿੱਲੋ ਇੱਥੇ ਹੀ ਸਾਰੀ ਵੰਡੀ ਜਾਣੀ ਸੀਗੀ ਕਿੰਨੀ ਵੱਡੀ ਉਹ ਛੋਟੀ ਜਿਹੀ ਹੁੰਦੀ ਕਾਫੀ ਮਹਿੰਗੀ ਆਉਂਦੀ ਹੈ। ਉਸ ਤੋਂ ਇਲਾਵਾ ਹੋਰ ਵੀ ਅਸੀਂ ਬੜੀ ਰਿਕਵਰੀ ਹੋਈ ਹੈ ਇਹ ਤਾਂ ਮੈਂ ਇਕੱਲੀ ਹੀਰਨ ਦੱਸ ਰਿਹਾ ਪਰ ਉਹਦੇ ਬਾਵਜੂਦ ਵੀ ਅਜੇ ਜਿਹੜਾ ਗਰਾਊਂਡ ਲੈਵਲ 'ਤੇ ਖਤਮ ਨਹੀਂ ਹੋਇਆ ਗਰਾਊਂਡ ਲੈਵਲ 'ਤੇ ਅਜੇ ਵੀ ਥੋੜ੍ਹਾ ਥੋੜ੍ਹੇ ਕਿਤੇ ਕਿਤੇ ਅਜੇ ਹੋ ਰਹੇ ਆ। ਅਸੀਂ ਚਾਹੁੰਦੇ ਉਹ ਵੀ ਜਿਹੜਾ ਕੰਮ ਹਟੇ ਜਿਹੜੇ ਸੁਧਰਨ ਵਾਲੇ ਨੇ ਜਿਹੜੇ ਸੁਧਰਨਾ ਚਾਹੁੰਦੇ ਨੇ ਉਹਨਾਂ ਨੂੰ ਆਪਾਂ ਸੁਧਾਰੀਏ। ਸਰਕਾਰ ਵੱਲੋਂ ਓਟ ਸੈਂਟਰ ਖੋਲ੍ਹੇ ਹੋਏ ਨੇ ਉਹ ਦਵਾਈਆਂ ਮੁਫਤ ਮਿਲਦੀਆਂ ਔਰ ਜਿਹੜੇ ਨਹੀਂ ਸੁਧਰਦੇ ਜਿਹੜੇ ਇਹੋ ਜਿਹੇ ਭੈੜੇ ਕੰਮ ਕਰਕੇ ਲੋਕਾਂ ਨੂੰ ਵਿਗਾੜ ਰਹੇ ਆ ਨੌਜਵਾਨੀ ਖਰਾਬ ਕਰ ਰਹੇ ਉਹਨਾਂ ਦੇ ਖਿਲਾਫ਼ ਅਸੀਂ ਕਾਨੂੰਨੀ ਕਾਰਵਾਈ ਕਰਨ ਵਾਸਤੇ ਵਚਨਬੱਧ ਹਾਂ ਉਹ ਕਰਦੇ ਰਹਾਂਗੇ। ਤੁਹਾਡਾ ਸਾਨੂੰ ਸਹਿਯੋਗ ਚਾਹੀਦਾ ਸਾਨੂੰ ਕੋਈ ਇਹੋ ਜਿਹਾ ਬੰਦਾ ਹੈਗਾ ਜ਼ਰੂਰ ਉਹਦੀ ਸੂਚਨਾ ਦਿਓ ਅਤੇ ਹੁਣ ਇਹੀ ਬੇਨਤੀ ਆ ਆਪਾਂ ਹੁਣ ਸਾਈਕਲ ਰੈਲੀ ਕੱਢ ਰਹੇ ਹਾਂ। SSP ਸਾਹਿਬ ਸਰਦਾਰ ਨਵਜੋਤ ਸਿੰਘ ਮਾਹਲ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਸਰਦਾਰ ਰਵਿੰਦਰਪਾਲ ਸਿੰਘ ਸੰਧੂ SP ਹੈੱਡਕੁਆਰਟਰ ਸਾਹਿਬ ਜਲੰਧਰ ਜੀ ਨੇ ਅੱਜ ਇਲਾਕੇ ਦੇ ਥਾਣਾ ਪਤਾਰਾ ਦੇ ਪੰਚਾਂ ਸਰਪੰਚਾਂ ਅਤੇ ਮੋਹਤਬਰ ਵਿਅਕਤੀਆਂ ਅਤੇ ਸਪੋਰਟਸਮੈਨਾਂ ਨੂੰ ਨਾਲ ਲੈ ਕੇ ਅੱਜ ਇੱਕ ਵੱਡੀ ਸਾਈਕਲ ਰੈਲੀ ਦਾ ਆਯੋਜਨ ਕੀਤਾ ਹੈ ਜਿਹਦਾ ਮੁੱਖ ਉਦੇਸ਼ ਇਹੀ ਹੈ ਕਿ ਸਾਈਕਲਾਂ 'ਤੇ ਅਸੀਂ ਪਿੰਡਾਂ 'ਚ ਜਾ ਕੇ ਪਿੰਡ ਪਿੰਡ ਘਰ ਘਰ ਨਸ਼ੇ ਦੇ ਖਿਲਾਫ਼ ਜਿਹੜੀ ਇਹ ਇੱਕ ਮੁਹਿੰਮ ਜਿਹੜੀ ਪੰਜਾਬ ਸਰਕਾਰ ਦੁਆਰਾ ਵਿੱਢੀ ਗਈ ਹੈ ਉਹਦਾ ਸੰਦੇਸ਼ ਜਿਹੜਾ ਅਸੀਂ ਘਰ ਘਰ ਪਹੁੰਚਾ ਰਹੇ ਹਾਂ। ਸਾਡੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਜੇਕਰ ਤੁਹਾਨੂੰ ਪਿੰਡਾਂ ਵਿੱਚ ਵੀ ਜੇ ਕਿਸੇ ਬਾਰੇ ਪਤਾ ਲੱਗਦਾ ਕਿ ਕੋਈ ਬੰਦਾ ਨਸ਼ਾ ਵੇਚਦਾ ਜਾਂ ਕੋਈ ਨਸ਼ੇ ਦਾ ਆਦੀ ਹੋ ਚੁੱਕਿਆ ਜਿਹੜਾ ਨਸ਼ੇ ਦਾ ਆਦੀ ਹੋ ਚੁੱਕਿਆ ਅਸੀਂ ਉਹਦਾ ਇਲਾਜ ਜਿਹੜਾ ਹੈਗਾ ਅਸੀਂ ਖੁਦ ਕਰਾਵਾਂਗੇ ਸਾਨੂੰ ਇਤਲਾਹ ਦਿਓ ਅਤੇ ਰਲ ਕੇ ਜਿਹੜੀ ਇਹ ਮੁਹਿੰਮ ਹੈ ਜਿਹੜੀ ਅਸੀਂ ਪਿੰਡਾਂ 'ਚ ਛੇੜੀ ਹੈ ਇਹਨੂੰ ਘਰ ਘਰ ਬੱਚੇ ਬੱਚੇ ਤੱਕ ਇਹ ਮੁਹਿੰਮ ਦਾ ਜਿਹੜਾ ਹੁੰਗਾਰਾ ਪਹੁੰਚਾਓ। ਧੰਨਵਾਦ। ਅੱਜ ਸਾਡੇ ਪਿੰਡ ਬੇਗਮਪੁਰ ਵਿੱਚ ਪਤਾਰਾ ਪੁਲਿਸ ਦੇ ਕਾਫੀ ਵੱਡੇ ਅਫਸਰ ਅਤੇ ਇੱਧਰੋਂ ਆਪਣੇ ਕਾਫੀ ਜਿਹੜੇ ਨੌਜਵਾਨ ਆ ਇਹਨਾਂ ਨੇ ਬਹੁਤ ਵੱਡੀ ਇੱਕ ਸ਼ਲਾਘਾਪੂਰਨ ਗੱਲਬਾਤ ਹੈ ਕਿ ਸਾਡੇ ਜਿਹੜੇ ਮੁੰਡੇ ਆ ਨਸ਼ਿਆਂ ਤੋਂ ਦੂਰ ਕਰਨ ਲਈ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ। ਇਸ ਗੱਲ ਦੀ ਖੁਸ਼ੀ ਬਹੁਤ ਹੋਈ ਹੈ ਕਿ ਇਹਦੇ ਵਿੱਚ ਕਾਫੀ ਮੁੰਡਿਆਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਆ। ਇੰਨੀ ਗਰਮੀ ਪੈ ਰਹੀ ਆ ਫਿਰ ਵੀ ਇਹਨਾਂ ਨੇ ਸਾਈਕਲ ਚਲਾ ਕੇ ਸਭ ਨੂੰ ਇਹ ਪ੍ਰੇਰਣਾ ਦਿੱਤੀ ਆ ਕਿ ਨਸ਼ਿਆਂ ਤੋਂ ਦੂਰ ਰਹੋ ਕਿ ਨਸ਼ੇ ਨਾਲ ਦੂਰ ਰਹਿਣ ਨਾਲ ਕਿ ਜਿਹੜੇ ਅੱਜ ਕੱਲ੍ਹ ਦੇ ਬੱਚੇ ਆ ਇੰਨੇ ਨਸ਼ਿਆਂ ਵਿੱਚ ਉਲਝੇ ਹੋਏ ਆ ਕੰਮਾਂ ਕਾਜਾਂ ਦੇ ਵਿੱਚੋਂ ਹਟ ਕੇ ਨਸ਼ਿਆਂ ਵਿੱਚ ਲੱਗੇ ਹੋਏ ਆ ਅਤੇ ਅੱਜ ਇਹਨਾਂ ਸਾਰਿਆਂ ਨੂੰ ਇੱਕ ਇੱਦਾਂ ਦੀ ਸ਼ਿਕਸ਼ਾ ਮਿਲੀ ਆ ਕਿ ਉਹ ਆਪਣੇ ਕੰਮਾਂ ਕਾਜਾਂ ਤੋਂ ਇਹ ਸਾਰੇ ਜਣੇ ਇਕੱਠੇ ਹੋ ਕੇ ਕੰਮਾਂ ਕਾਜਾਂ ਤੋਂ ਦੂਰ ਹੋ ਕੇ ਇਹ ਦਿਖਾ ਰਹੇ ਆ ਕਿ ਕਿੱਦਾਂ ਨਸ਼ਿਆਂ ਤੋਂ ਦੂਰ ਰਹਿਣਾ। ਕੀ ਨਾਮ ਹੈ ਤੁਹਾਡਾ? ਮੇਰਾ ਜੀ ਮੈਂ ਕਮਲਜੀਤ ਕੌਰ ਬੇਗਮਪੁਰ ਸਰਪੰਚ।